बोलो सर फोड़ो गाड़ी पेपर आज मंडे साहब फोड़ो सर आज सर दो काटा ठीक है दर्शन भाई सामने दिशा निर्देश ड्रग फ्री बनाने वाले तहत ही कमिश्नर पुलिस अमृतसर वालों लगातार जी मुहिम जारी है। कल भी आप बड़ी वही कमर्शियल क्वानिटी की रिकवरी की है। एक होर जरा ड्रग के अगेंस्ट ऑपरेशन के बड़ी वही कामयाबी मिली है। इस असी दो ड्रग स्मगलर फड़े है 4.5 किलो हीरोइन 3.32 हज़ार रुपये डिस्ट्रीब्यूट करते जो दो मुलजम है फड़े गए आकाशदीप सिंह सतिंदरपाल सिंह दोनों ब्रदर ने जे निशान सिंह के बेटे तरीकों वाली जो हरगोबिंदपुरा नेड़े डेरा राधा स्वामी छियाटा अमृतसर के दोवें जी बड़ी इंपोर्टेंट गल ये आई है जिस असी एक होर अगे कामयाबी हासिल की है। पुलिस ने यह सारा जो ऑपरेशन है वो साढ़े दोनों DCP साहबान अभिमन्यु राणा जी हरप्रीत मंडेर जी ਜਿੰਦਰ ਜੀ ਅਤੇ ਨਾਲ ਸ਼ਿਵਦਰਸ਼ਨ ਜੀ ਸਾਡੇ ਜਿਹੜੇ ACP ਬੈਸਟ ਹੈ ਇਹਨਾਂ ਦੀ ਤਸਦੀਕ ਦੇ ਵਿੱਚ ਸਾਰੀ ਰਿਕਵਰੀ ਹੋਈ ਹੈ। ਇਹਦੇ 'ਚ ਇੱਕ ਬੰਦਾ ਸੀ ਹੋਰ ਫੜਿਆ ਅਕਿਊਜ਼ ਜਿਹੜਾ ਕਿ ਜੇਲ੍ਹ ਵਾਰਡਨ ਹੈ ਭਾਜੀ ਨਾਮ ਗੁਰਮੇਜ ਸਿੰਘ ਜੀ ਪੁੱਤਰ ਮਹਿਲ ਸਿੰਘ ਕੋਟ ਸੁਧਾਰ ਖਾਂ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਉੱਥੋਂ ਦਾ ਰਹਿਣ ਵਾਲਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵਾਰਡਨ ਦਾ ਕੰਮ ਕਰਦਾ ਹੈ। ਇਹ ਜਿਹੜੀ ਗੱਲ ਬੜੀ ਇੰਪੋਰਟੈਂਟ ਇਹਦੇ 'ਚ ਆਈ ਹੈ ਕਿ ਇਹ ਬੰਦੇ ਜਿਹੜੇ ਦੋਨੋਂ ਸਮਗਲਰ ਨੇ ਇਹ ਲਿਆ ਕੇ ਵੱਖ ਵੱਖ ਕਲਾਇੰਟਸ ਨੂੰ ਦਿੰਦੇ ਸੀ ਅਤੇ ਇਸ ਬੰਦੇ ਰਾਹੀਂ ਵੀ ਜੇਲ੍ਹ ਦੇ ਅੰਦਰ ਇਹ ਜਿਹੜਾ ਡਰੱਗ ਜਿਹੜੀ ਉਹ ਸਮਗਲ ਕੀਤੀ ਜਾਂਦੀ ਸੀ ਕਿਉਂਕਿ ਵਾਰਡਨ ਸੀ ਵਾਰਡਨ ਦਾ ਨਾਮ ਗੁਰਮੇਜ ਸਿੰਘ ਔਰ ਇਹਦੇ 'ਚ ਜਿਹੜੀ ਬੈਕਗਰਾਊਂਡ ਆਈ ਹੈ ਉਹ ਇੱਕ ਬੜਾ ਮੇਨ ਸਮਗਲਰ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਹੈ ਦਰਸ਼ਨ ਸਿੰਘ ਏਲੀਅਸ ਗੁੱਜੀ ਇਹ ਰਣਗੜ੍ਹ ਦਾ ਰਹਿਣ ਵਾਲਾ ਪਿੰਡ ਰਣਗੜ੍ਹ ਡਿਸਟ੍ਰਿਕਟ ਅੰਮ੍ਰਿਤਸਰ ਦਾ ਇਹ ਬੰਦਾ ਸਾਰੀ ਇਹ ਜਿਹੜੀ ਨੈਟਵਰਕ ਚਲਾ ਰਿਹਾ ਸੀ ਜੇਲ੍ਹ 'ਚੋਂ ਬੈਠ ਕੇ ਔਰ ਜਿਹੜਾ ਇਹ ਗੁਰਮੇਜ ਸਿੰਘ ਹੈ ਇਹ ਉਹਦਾ ਅੱਗੇ ਉਹਦੇ ਵਾਸਤੇ ਕੰਮ ਕਰ ਰਿਹਾ ਸੀ ਇਹਨੂੰ ਵੀ ਕੱਲ੍ਹ ਅਸੀਂ ਗ੍ਰਿਫਤਾਰ ਕੀਤਾ ਅਤੇ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜੇ ਆਕਾਸ਼ਦੀਪ ਹੈ ਇਹਦੇ ਖਿਲਾਫ਼ ਵੀ ਇੱਕ ਮੁਕੱਦਮਾ ਪਹਿਲਾਂ ਥਾਣਾ ਛਿਆਟਾ ਦਾ NDPS ਐਕਟ ਦਾ ਦਰਜ ਹੈ। ਸਤਿੰਦਰਪਾਲ ਦੇ ਖਿਲਾਫ਼ 3 ਮੁਕੱਦਮੇ ਨੇ 2 ਹੈਗੇ ਸਨੈਚਿੰਗ ਦੇ 1 NDPS ਐਕਟ ਦਾ ਅਤੇ ਜਿਹੜਾ ਜੇਲ੍ਹ ਦੇ ਵਿੱਚ ਕ੍ਰਿਮੀਨਲ ਆਲਰੇਡੀ ਲੋਇਡ ਹੈਗਾ ਉਹਦੇ ਖਿਲਾਫ਼ 2 ਮੁਕੱਦਮੇ ਨੇ ਆਰਮਜ਼ ਐਕਟ ਅਤੇ NDPS ਦਾ ਮੇਨ ਮੁਕੱਦਮਾ ਹੈ ਔਰ ਦੂਜਾ ਉਹਦੇ 'ਚ ਇੱਕ ਫੋਰਜਰੀ ਅਤੇ ਚੀਟਿੰਗ ਦਾ ਮੁਕੱਦਮਾ ਹੈ ਟਾਂਡੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ 'ਚ। ਸੋ ਇਹਦੀ ਉਹਨੂੰ ਵੀ ਅਸੀਂ ਹੁਣ ਪ੍ਰੋਡਕਸ਼ਨ ਪੁਆਇੰਟ 'ਤੇ ਲੈ ਕੇ ਆਵਾਂਗੇ। ਜੇ ਆਪਾਂ ਇਹਨਾਂ ਦੀ ਬੈਕਗਰਾਊਂਡ ਦੇਖੀਏ ਇਹ ਜਿਹੜਾ ਆਕਾਸ਼ਦੀਪ ਹੈ 26 ਸਾਲ ਦਾ ਹੈਗਾ 10ਵੀਂ ਜਮਾਤ ਤੱਕ ਪੜ੍ਹਿਆ ਅਤੇ ਜਿਹੜਾ ਦੂਸਰਾ ਹੈਗਾ ਉਹਦਾ ਭਰਾ ਉਹਦਾ 28 ਸਾਲ ਦਾ +2 ਨੋਨ ਮੈਡੀਕਲ ਨਾਲ ਉਹਨੇ ਉੱਥੇ ਤੱਕ ਹੀ ਪੜ੍ਹਾਈ ਕੀਤੀ ਹੈ। ਗੁਰਮੇਜ ਸਿੰਘ ਜਿਹੜਾ ਵਾਰਡਨ ਹੈ 35 ਸਾਲ ਦਾ ਭਰਤੀ ਦੀ ਮਿਤੀ 2018 ਦਾ ਭਰਤੀ ਹੈ ਜੇਲ੍ਹ ਮਹਿਕਮੇ 2.5 +2 ਹੈ ਇਹਦੀ ਵੀ। ਸੋ ਇਹਦੇ 'ਚ ਜਿਹੜੀ ਬੜਾ ਅੱਛਾ ਕਾਮਯਾਬੀ ਮੈਨੂੰ ਮੰਨਦਾ ਕਿ ਵੱਡੀ ਇਹ ਬੈਕ ਟੂ ਬੈਕ ਰਿਕਵਰੀਜ਼ ਹੋਈਆਂ
ਗੁਰਮੇਲ ਸਿੰਘ ਦੀ ਅਰੈਸਟ ਬਾਰੇ ਵੀ ਅਸੀਂ ਜੇਲ ਅਥਾਰਟੀ ਨਾਲ ਸ਼ੇਅਰ ਕਰ ਰਹੇ ਹਾਂ ਔਰ ਇਹਦੀ ਪੁੱਛਗਿੱਛ ਤੋਂ ਅੱਗੇ ਵੀ ਜਿਹੜੇ ਉੱਥੇ ਹੋਰ ਬਲੈਕ ਸ਼ੀਪ ਹੈ ਜਾਂ ਕਿਸ ਤਰ੍ਹਾਂ ਮਾਧਿਅਮ ਨਾਲ ਅੰਦਰ ਜਾਂਦਾ ਸੀ ਨਸ਼ਾ ਉਹਦੇ ਉੱਤੇ ਵੀ ਕਾਫੀ ਚਾਨਣ ਆਏਗਾ ਆਪਾਂ ਨੂੰ ਅੱਛੀ ਇਨਫੋਰਮੇਸ਼ਨ ਮਿਲੇਗੀ ਉਹਨਾਂ ਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਜੇਲ੍ਹ ਦੇ ਅੰਦਰ ਹੀ ਲੈ ਕੇ ਜਾਂਦਾ ਸੀ ਪਰ ਛੋਟੀ ਕੁਆਂਟਿਟੀ ਦੇ ਵਿੱਚ ਇੱਦਾਂ ਨਹੀਂ ਇਸੇ ਬੰਦੇ ਨੂੰ ਅੰਦਰ ਪਹੁੰਚਾਉਂਦਾ ਸੀ ਇਹ ਅੱਗੇ ਦੇਖੋ ਮੈਂ ਦੁਬਾਰਾ ਦੱਸਦਾ ਜਿਹੜਾ ਦਰਸ਼ਨ ਸਿੰਘ ਏਰੀਅਸ ਗੁੱਚੀ ਹੈ ਜਿਹੜਾ ਜੇਲ੍ਹ 'ਚ ਲੋਇਡ ਹੈ ਅਕਿਊਜ ਕ੍ਰਿਮੀਨਲ ਸਮਗਲਰ ਉਹ ਨੈਟਵਰਕ ਚਲਾ ਰਿਹਾ ਸੀ ਜਿਹੜੇ ਦੋ ਭਰਾ ਨੇ ਉਹਦੇ ਵਾਸਤੇ ਕੰਮ ਕਰ ਰਹੇ ਸੀ ਇਹ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜਾ ਗੁਰਮੇਜ ਹੈ ਜੇਲ੍ਹ ਵਾਰਡਨ ਇਹ ਵੀ ਛੋਟੀ ਕੁਆਂਟਿਟੀ ਵੱਡੀ ਨਹੀਂ ਵੱਡੀ ਤਾਂ ਇਹ ਅਲੱਗ ਅਲੱਗ ਚੀਜ਼ਾਂ ਉਹਨੂੰ ਅਸੀਂ ਅਲੱਗ ਉਹਦੇ ਦਿਨ ਕੇ ਇਨਵੈਸਟੀਗੇਟ ਕਰ ਰਹੇ ਹਾਂ ਪਰ ਜਿਹੜਾ ਗੁਰਮੇਜ ਦੇ ਰਾਹੀਂ ਵੀ ਛੋਟੀ ਕੁਆਂਟਿਟੀ ਜੇਲ੍ਹ ਦੇ ਅੰਦਰ ਇਨਫਿਲਟ੍ਰੇਟ ਕਰਦੇ ਸੀ ਹਾਂਜੀ ਔਰ ਸਾਰਾ ਕੰਮ ਦਰਸ਼ਨ ਦੇ ਡਾਇਰੈਕਸ਼ਨ 'ਤੇ ਚੱਲ ਰਿਹਾ ਸੀ ਹੁਣ ਦਰਸ਼ਨ ਨੂੰ ਲਿਆ ਕੇ ਜਿਹੜਾ ਉਹਦਾ ਪਾਕ ਵਾਲਾ ਐਂਗਲ ਹੈ ਉਹਨੂੰ ਅਸੀਂ ਅਨਕਵਰ ਕਰਨਾ ਉਹਦੇ 'ਚ ਤਫਤੀਸ਼ ਅੱਗੇ ਚੱਲੇਗੀ ਇਸ ਤੋਂ ਇਲਾਵਾ ਵੀ ਜਿਹੜਾ ਇੱਕ ਹੋਰ ਕੇਸ ਦੇ ਵਿੱਚ ਵੀ ਤੁਹਾਨੂੰ ਪ੍ਰੈਸ ਨੋਟਾਂ ਭੇਜ ਦੇਣੇ ਹੁਣੇ ਉਹ ਇਨਫੋਰਮੇਸ਼ਨ ਆਈ ਅੱਧਾ ਕਿਲੋ ਹੋਰ ਹੀਰੋਇਨ ਬਰਾਮਦ ਹੋਈ ਹੈ ਟੋਟਲ ਆਪਣੀ 5 ਹੋ ਗਈ ਇਸ ਕੇਸ 'ਚ ਨਹੀਂ ਹੈ ਉਹ ਅਲੱਗ ਬੰਦੇ ਨੇ ਉਹਦਾ ਤੁਹਾਨੂੰ ਪ੍ਰੈਸ ਦੇ ਵਿੱਚ ਅਸੀਂ ਵਿਛਾੜੇ ਦੇ ਸਰ ਹਾਂਜੀ ਇਹ ਅਸੀਂ ਦੇ ਦਿੰਦੇ ਹਾਂ ਉਹਦੇ 'ਚ ਔਰ ਇਸ ਤੋਂ ਇਲਾਵਾ ਵੀ ਜਿਹੜਾ ਡੀ ਸੀ ਪੀ ਲੋਅ ਡਾਊਨ ਸਾਹਿਬ ਨੇ ਕਿਹਾ ਸਨੈਚਰ ਵੀ ਦੋ ਦਿਨ ਬੜਾ ਇੰਪੋਰਟੈਂਟ ਅਸੀਂ ਫੜੇਗਾ ਇੱਕ ਬੜਾ ਇੰਪੋਰਟੈਂਟ ਕੇਸ ਵੀ ਸੀਗਾ ਉਹਦੇ ਬਾਰੇ ਵੀ ਤੁਹਾਨੂੰ ਦੱਸਣਗੇ ਜਿਹੜਾ ਡੇਢ ਮਹੀਨਾ ਪਹਿਲਾਂ ਹੋਇਆ ਸੀਗਾ ਜਿਹਦੇ ਸਿਰ ਦੇ ਵਿੱਚ ਪਿਸਟਲ ਮਾਰਿਆ ਸੀ ਬੰਦੇ ਨੇ ਉਹ ਬੰਦੇ ਵੀ ਜਿਹਨੂੰ ਅਸੀਂ ਫੜਦੇ ਹਾਂ ਉਹਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਇਹਦੇ ਵਿੱਚ ਸਰ ਜਿਹੜਾ ਜੇਲ੍ਹ ਵਾਰਡਨ ਹੈ ਇਸ ਤੋਂ ਉੱਪਰ ਜਾਂ ਇਹਦੇ ਨਾਲ ਕੋਈ ਛੋਟੇ ਮੁਲਾਜ਼ਮ ਜਿਹੜੇ ਸੀਗੇ ਕਿ ਕੋਈ ਉਹ ਕੋਈ ਆਏ ਨੇ ਕੁਝ ਅਜੇ ਅਜੇ ਕਰਦੇ ਹੀ ਹੁੰਦੇ ਨੀ ਬਾਹਰ ਲੈਣਾ ਗੁਰਮੇਜ ਦਾ ਕੋਈ ਸੰਪਰਕ ਨੀ ਜਿਹੜਾ ਅੰਦਰ ਦਰਸ਼ਨ ਲੋਇਡ ਹੈ ਉਹਨੇ ਇਹ ਸਾਰਾ ਨੈਟਵਰਕ ਚਲਾ ਰਿਹਾ ਕਿੰਗ ਪਿੰਨ ਉਹੀ ਹੈ ਉਹ ਭਰਾਵਾਂ ਨੂੰ ਵੀ ਉਹੀ ਪਹੁੰਚਾ ਰਿਹਾ ਉਹਦੇ ਅੱਗੇ ਲਿੰਕੇਜ ਦੇ ਵਿੱਚ ਕੌਣ ਬੰਦੇ ਉਹਨਾਂ ਨੂੰ ਦੇ ਕੇ ਜਾਂਦੇ ਸੀ ਉਹ ਸਾਰੀ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੋਇਆ ਉਹ ਅੰਦਰ ਹਜੂਮ ਰੱਖਣਾ ਕਿਉਂਕਿ ਐਡਾ ਵੱਡਾ ਇੱਕ ਪ੍ਰੋਪਰ ਦੇ ਵਿੱਚ ਮੈਪਿੰਗ ਹੋ ਗਈ ਸਭ ਕੁਝ ਹੋ ਗਿਆ ਇਹ ਇਹਦੇ 'ਚ ਦੇਖੋ ਜਿਹੜੀ ਵੀ 6 ਮਹੀਨੇ ਦੇ ਆ ਟਾਈਮ ਕਹਿ ਰਹੇ ਆ ਇਹ ਪਰ ਇਹਨੂੰ ਅਸੀਂ ਸਾਰੀ ਟੈਕਨੀਕਲ ਐਵੀਡੈਂਸ ਸਾਰੀ ਲਿਆਉਣੀ ਪਏਗੀ ਔਰ ਜਦੋਂ ਇਹ ਦਰਸ਼ਨ ਲੈ ਕੇ ਆਵਾਂਗੇ ਉਸ ਤੋਂ ਬਾਅਦ ਐਕਚੁਅਲੀ ਗੱਲ ਸਾਹਮਣੇ ਆਉਣੇ ਹੋ ਕੇ ਤੇ ਤਸਦੀਕ ਹੋਏਗੀ ਕਈ ਵਾਰੀ ਮੁਲਜ਼ਮ ਇਨੀਸ਼ੀਅਲ ਸਟੇਜ ਤੇ ਝੂਠ ਬੋਲ ਕੇ ਆਪਣੇ ਆਪ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਸਰ ਸਾਰੇ ਜਿਹੜੇ ਗੇਮ ਹੈਗੀ ਆ ਸੋਸ਼ਲ ਮੀਡੀਆ ਤੋਂ ਵੀ ਹੋ ਰਿਹਾ ਵਟਸਐਪ ਤੋਂ ਕਾਲ ਕਰਕੇ ਜੋ ਕੁਝ ਹੈ ਗੇਮਰ ਉੱਥੇ ਲੱਗੇ ਨੇ ਉਸ ਤੋਂ ਬਾਵਜੂਦ ਅਗਰ ਗੱਲਬਾਤ ਹੋ ਰਹੀ ਹੈ ਤਾਂ ਇਹ ਤੇ ਆਜੀ ਡੀਲ ਹੋ ਰਹੀ ਹੈ ਕਿ ਅੰਮ੍ਰਿਤਸਰ ਪੁਲਿਸ ਜੇਲ੍ਹ ਦੇ ਪ੍ਰਬੰਧਨ ਦੇ ਖਿਲਾਫ ਸ਼ਿਕਾਇਤ ਦਰਜ ਕਰਾ ਸਕਦੀ ਹੈ ਜਾਂ ਕੋਈ ਇਹੋ ਜਿਹਾ ਪ੍ਰਾਵਧਾਨ ਹੈਗਾ ਕਿ ਅੰਦਰ ਮੋਬਾਈਲ ਚੱਲ ਰਿਹਾ ਤੇ ਸਭ ਹੋ ਰਿਹਾ ਦੇਖੋ ਬੜੀ ਸਿੰਪਲ ਗੱਲ ਹੈ ਅਸੀਂ ਬੜਾ ਵੈਲ ਕੋਆਰਡੀਨੇਟਡ ਆਪਰੇਸ਼ਨ ਚਲਾਉਂਦੇ ਰਹੇ ਹਾਂ ਪਿਛਲੇ ਦਿਨਾਂ ਥਾਣਾ ਇਸਲਾਮਾਬਾਦ ਦੇ ਵੀ ਤੁਹਾਡੇ ਕੋਲ ਐਫ ਆਈ ਆਰ ਦੀ ਕਾਪੀ ਜਾਂਦੀ ਹੈ ਕਾਫੀ ਸਾਰੇ ਥਰੋ ਵਾਲੇ ਬੰਦੇ ਵੀ ਆਪਾਂ ਫੜੇ ਆ ਜਿਹਨਾਂ ਤੋਂ ਗੰਗਾ ਨਗਰ ਦੇ ਉਹ ਗੈਂਗ ਵਾਲੇ ਵੀ ਨਿਕਲੇ ਪਲੱਸ ਜੇਲ੍ਹ ਸਟਾਫ ਵੀ ਜਿਹੜਾ ਆਪਣੀ ਸਰਚ ਦੇ ਵਿੱਚ ਟਾਈਮ ਟੂ ਟਾਈਮ ਉਹਨਾਂ ਨੇ ਮੁਕੱਦਮਾ ਪਿੱਛੇ ਦਰਜ ਕਰਾਇਆ 10-12 ਫੋਨ ਵੀ ਇਸਲਾਮਾਬਾਦ ਥਾਣੇ ਦੇ ਵਿੱਚ ਬਰਾਮਦ ਕੀਤੇ ਗਏ ਜੇਲ੍ਹ ਦੇ ਵਿੱਚ ਸੋ ਸਾਡਾ ਇਹ ਜੁਆਇੰਟ ਆਪਰੇਸ਼ਨ ਟਾਈਮ ਟੂ ਟਾਈਮ ਚੱਲਦਾ ਹੀ ਰਹਿੰਦਾ ਔਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਨੱਥ ਪਾਉਣ ਵਾਸਤੇ ਜੇਲ੍ਹ ਡਿਪਾਰਟਮੈਂਟ ਅਤੇ ਪੁਲਿਸ ਡਿਪਾਰਟਮੈਂਟ ਇਕੱਠੇ ਕੰਮ ਕਰਦੇ ਔਰ ਅਸੀਂ ਇਸ ਗੱਲ ਦੇ ਵਿੱਚ ਕਦੇ ਵੀ ਕਸਰ ਨਹੀਂ ਛੱਡਦੇ ਕਿ ਸਾਡਾ
ਕੋਈ ਵੀ ਜਿਹੜਾ ਨਮੂਨਾ ਉਹ ਅਨਕਵਰਡ ਰਹੇ। जवाब हो सकता गुरमेर जी मैसेज करता हो बंदा बाहर ही है चंगी रिकवरी हुई है प्लस दर्शन की इन्वेस्टिगेशन इंटरोगेशन जो कठे होगी ਫਿਰ ਇਹ ਸਵਾਲਾਂ ਦੇ ਜਵਾਬ ਸਹੀ ਦਿੱਤੇ ਜਾ ਸਕਦੇ ਹਨ। ਸਰ ਕਿੰਨਾ ਵੱਡਾ ਥ੍ਰੈਟ ਹੈ ਕਿ ਜੇਲ ਵਾਰਡਨ ਹੀ ਇਸ ਤਰੀਕੇ ਦੇ ਨਾਲ ਇੱਕ ਸਿੰਡੀਕੇਟ ਚਲਾਉਂਦਾ ਹੋਵੇ? ਕਿਉਂਕਿ ਪਾਕਿਸਤਾਨ ਦੇ ਕੋ ਕਾਲੀਆਂ ਭੇਡਾਂ ਬਲੈਕ ਸ਼ੀਪ ਹਰ ਜਗ੍ਹਾ ਮਿਲਦੇ ਨੇ ਔਰ ਟਾਈਮ ਟੂ ਟਾਈਮ ਆਪਾਂ ਫੜੇ ਵੀ ਹੈ ਜੀ ਔਰ ਅੱਗੇ ਵੀ ਇਦਾਂ ਦਾ ਕੰਮ ਚੱਲਦਾ ਰਹਿੰਦਾ ਹੈ ਕਿਉਂਕਿ ਕਿਸੇ ਦੇ ਪ੍ਰਵਿਰਤੀ ਦਾ ਪਤਾ ਨਹੀਂ ਲੱਗਦਾ ਕਿਸੇ ਟਾਈਮ ਤੇ। ਪਰ ਅਸੀਂ ਦੇਖੋ ਸਾਰੀ ਆਪਣੀ ਪੰਜਾਬ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਆਪਾਂ ਬੰਦਿਆਂ ਨੂੰ ਫੜੀ ਜਾ ਰਹੇ ਹਾਂ, ਕਿਸੇ ਨੂੰ ਬਖਸ਼ਿਆ ਹੈ ਨਹੀਂ ਔਰ ਉਹਨਾਂ ਤੋਂ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਐਕਸ਼ਨ। सूटेबल जगह ते ही उन्हां नूं जिथे पता लगदा उथे ही रेड करके नाका ला के रोकना। ਨਸ਼ਾ ਮੁਕਤ ਕਰਨ ਵਾਸਤੇ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਚ ਆਪਣਾ ਪੂਰਾ ਜੀ ਜਾਨ ਨਾਲ ਯੋਗਦਾਨ ਪਾਈਏ ਤੇ ਸਾਨੂੰ ਕਾਮਯਾਬੀ ਪ੍ਰਮਾਤਮਾ ਦਿੰਦਾ ਰਹੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ। करो करो करो।